ਤੋ ਦੇ ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਨਾਲ ਸਮੁੰਦਰ ਮਾਰਗ ਤੋਂ ਸਾਈਪ੍ਰਸ ਪਹੁੰਚਣ ਲਈ ਰਵਾਨਾ ਹੋਈ ਸੀਰੀਆਈ ਰਿਫਿਊਜੀਆਂ ਦੀ ਕਿਸ਼ਤੀ ਡੁੱਬਣ ਨਾਲ 7 ਦੀ ਮੌਤ ਹੋ ਗਈ ਜਦਕਿ 1 ਨੂੰ ਬਚਾ ਲਿਆ ਗਿਆ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਉਹਨਾਂ ਨੇ 8 ਰਿਫਿਊਜੀਆਂ ਵਿੱਚੋਂ 32 ਸਾਲਾ ਰਿਫਿਊਜੀ ਨੂੰ ਸੁਰੱਖਿਆ ਜੈਕਟ ਦੇ ਜ਼ਰੀਏ ਬਚਾਇਆ ਅਮਰੀਕੀ ਕਾਰਗੋ ਸ਼ਿਪ ਨੇ ਵੀਰਵਾਰ ਰਾਤ ਸਾਈਪ੍ਰਸ ਦੇ ਦੱਖਣ ਪੱਛਮੀ ਤੱਟ ਤੇ ਰਿਫਿਊਜੀਆਂ ਨੂੰ ਬਚਾਇਆ ਰਿਫਿਊਜੀ ਨੂੰ ਹੈਲੀਕਾਪਟਰ ਦੇ ਜ਼ਰੀਏ ਲਾਰਨਾਕਾ ਦੇ ਹਸਪੀਟਲ ਲਿਜਾਇਆ ਗਿਆ ਰਿਫਿਊਜੀਜ਼ ਨੇ ਪੁਲਿਸ ਨੂੰ ਦੱਸਿਆ ਕਿ ਉਹ 7 ਹੋਰ ਸੀਰੀਆਈ ਰਿਫਿਊਜੀਜ਼ ਨਾਲ ਸੀਰੀਆ ਵਿੱਚੋਂ ਭੱਜੇ ਸਨ ਰਿਫਿਊਜੀਜ਼ ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਤੋਂ 21 ਦਸੰਬਰ ਨੂੰ ਸਾਈਪ੍ਰਸ ਜਾਣ ਲਈ ਕਿਸ਼ਤੀ ਵਿੱਚ ਸਵਾਰ ਹੋਏ ਸਨ ਕਿਸ਼ਤੀ ਦਾ ਇੰਜਨ ਖਤਮ ਹੋਣ ਤੋਂ ਬਾਅਦ ਇਹ ਦਸੰਬਰ 25 ਨੂੰ ਡੁੱਬ ਗਈ ਸੀ ਅਤੇ ਰਿਫਿਊਜੀ ਨੇ ਦੱਸਿਆ ਕਿ ਕਿਸ਼ਤੀ ਦੇ ਸਵਾਰ ਬਾਕੀ ਸਾਰੇ ਰਿਫਿਊਜੀ ਡੁੱਬ ਗਏ ਪਰ ਉਹ ਕਿਸੇ ਤਰ੍ਹਾਂ 3 ਦਿਨ ਤੱਕ ਸੁਰੱਖਿਆ ਜੈਕਟ ਪਾ ਕੇ ਬਚਾ ਰਿਹਾ ਅਮਰੀਕੀ ਪੋਤ ਨੇ ਰਿਫਿਊਜੀ ਨੂੰ ਦੇਖਿਆ ਅਤੇ ਇਸ ਦੀ ਜਾਣਕਾਰੀ ਤਲਾਸ਼ੀ ਅਤੇ ਬਚਾਅ ਕੇਂਦਰ ਨੂੰ ਦਿੱਤੀ ਇਸ ਤੋਂ ਬਾਅਦ ਪੁਲਿਸ ਨੂੰ ਭੇਜ ਕੇ ਰਿਫਿਊਜੀਆਂ ਨੂੰ ਬਚਾਇਆ ਜਾ ਸਕਿਆ